Please subscribe our channel for latest updates. ਪੰਜਾਬੀ ਗੀਤ ਜੀਜੂ ਕੀ ਕਰਦਾ ਵਿੱਚ ਆਪਣੇ ਔਨ ਸਕਰੀਨ ਪਤੀ ਤੋਂ ਦੁਖੀ ਹੋਣ ਤੋਂ ਬਾਅਦ ਗਾਇਕਾ ਮਿਸ ਪੂਜਾ ਲਈ ਰੀਅਲ ਲਾਈਫ ਵਿੱਚ ਵੀ ਦੁਖੀ ਹੋਣ ਦਾ ਕਾਰਨ ਉਹੀ ਗੀਤ ਬਣਦਾ ਜਾ ਰਿਹਾ। ਗੀਤ ਵਿੱਚ ਹਿੰਦੂ ਦੇਵੀ ਦੇਵਤਿਆਂ ਦੇ ਮਾੜੇ ਚਿੱਤਰਨ ਨੂੰ ਲੈ ਕੇ ਇੱਕ ਸਥਾਨਕ ਵਕੀਲ ਦੀ ਪਟੀਸ਼ਨ ਤੇ ਅਦਾਲਤ ਨੇ ਮਿਸ ਪੂਜਾ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ। ਮਾਮਲੇ ਵਿੱਚ ਇਸ ਗੀਤ ਵਿੱਚ ਅਦਾਕਾਰੀ ਕਰਨ ਵਾਲੇ ਪੰਜਾਬੀ ਅਦਾਕਾਰ ਹਰੀਸ਼ ਵਰਮਾ, ਵੀਡੀਓਗ੍ਰਾਫਰ ਪੁਨੀਤ ਸਿੰਘ ਬੇਦੀ ਅਤੇ ਗੀਤ ਜਾਰੀ ਕਰਨ ਵਾਲੀ ਸਪੀਡ ਰਿਕਾਰਡਸ ਮਿਊਜ਼ੀਕਲ ਕੰਪਨੀ ਨੂੰ ਵੀ ਦੋਸ਼ੀ ਬਣਾਉਣ ਦਾ ਹੁਕਮ ਜਾਰੀ ਕੀਤਾ ਗਿਆ। ਨੰਗਲ ਦੀ ਇੱਕ ਸਥਾਨਕ ਅਦਾਲਤ ਨੇ ਮਿਸ ਪੂਜਾ ਦੇ ਨਾਲ ਨਾਲ ਇਹਨਾਂ ਵਿਅਕਤੀਆਂ ਤੇ ਨੰਗਲ ਪੁਲਿਸ ਨੂੰ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ। ਸ਼ਿਕਾਇਤਕਰਤਾ ਸੰਦੀਪ ਕੌਸ਼ਲ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਲੋਕ ਗਾਇਕਾ ਮਿਸ ਪੂਜਾ ਵੱਲੋਂ ਗਾਏ ਗਏ ਗਾਣੇ ਵਿੱਚ ਫਿਲਮਾਇਆ ਗਿਆ ਵੀਡੀਓ ਇੱਕ ਤਰ੍ਹਾਂ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ, ਜਿਸ ਦੇ ਚੱਲਦੇ ਉਹਨਾਂ ਨੇ ਮਾਣਯੋਗ ਅਦਾਲਤ ਦਾ ਸਹਾਰਾ ਲੈਂਦੇ ਹੋਏ ਇੱਕ ਅਰਜ਼ੀ ਦਾਖਲ ਕੀਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਾਣਯੋਗ ਅਦਾਲਤ ਵੱਲੋਂ 4 ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਨੇ, ਜਿਸ ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਹ ਗਾਣਾ ਬਣਾਇਆ ਜੀਜੂ ਕਰਕੇ, ਇਹਦੇ ਵਿੱਚ ਉਹਨਾਂ ਨੇ ਜੋ ਹਿੰਦੂ ਦੇਵੀ ਦੇਵਤਿਆਂ ਨਾਲ ਉਹਦੇ ਵਿੱਚ ਖਿਲਵਾੜ ਕੀਤਾ, ਉਹਦੇ ਨਾਲ ਸਾਡੀ ਧਾਰਮਿਕ ਆਸਥਾ ਨੂੰ ਠੇਸ ਪਹੁੰਚੀ ਅਤੇ ਸਾਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਕਿ ਇਹ ਹਿੰਦੂ ਦੇਵੀ ਦੇਵਤਿਆਂ ਦੀ ਜਿਹੜੀ ਉਹ ਹੈ ਪ੍ਰੈਸਟੀਜ ਹੈ ਉਹਨੂੰ ਕੀਤਾ ਗਿਆ, ਇਨਫਰਿੰਜ ਕੀਤਾ ਗਿਆ ਅਤੇ ਉਹਨੂੰ ਰੱਖੇ ਪਿੱਛੇ ਕੀਤਾ ਗਿਆ। ਅਤੇ ਇਸ ਨਾਲ ਮੈਂ ਮਾਣਯੋਗ ਅਦਾਲਤ ਵਿੱਚ ਐਪਲੀਕੇਸ਼ਨ ਦਾਇਰ ਕੀਤੀ। ਮਾਣਯੋਗ ਅਦਾਲਤ ਨੇ ਇਸ ਨੂੰ ਸਹੀ ਠਹਿਰਾਉਂਦੇ ਹੋਏ ਆਪਣਾ ਥਾਣੇ ਆਪਣਾ ਪੁਲਿਸ ਨੂੰ ਹਦਾਇਤ ਕੀਤੀ ਕਿ ਇਹਦੇ ਖਿਲਾਫ਼ ਪਰਚਾ ਦਿੱਤਾ ਜਾਵੇ। ਮਾਣਯੋਗ ਅਦਾਲਤ ਨੰਗਲ ਵੱਲੋਂ ਇੱਕ ਔਡਰ ਆਇਆ ਹੈਗਾ ਜੀ ਵੀ ਇੱਕ ਗਾਣੇ ਦੇ ਵਿੱਚ ਇੱਕ ਸਪੈਸੀਫਿਕ ਧਰਮ ਦੇ ਖਿਲਾਫ਼ ਕੁਛ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲਾ ਕੋਈ ਇੰਸੀਡੈਂਟ ਹੋਇਆ ਹੈਗਾ। ਉਹਦੇ ਵਿੱਚ ਕੋਰਟ ਨੇ ਔਡਰ ਕੀਤੇ ਨੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੇ ਸੰਬੰਧੀ ਪਰਚਾ ਦਰਜ ਕਰਨ ਦੇ, ਇਹਦੇ ਵਿੱਚ ਜਿਹੜਾ ਹੈਗਾ ਥਾਣੇ ਦੇ ਵਿੱਚ ਕੋਰਟ ਦੇ ਔਡਰਸ ਦੇ ਉੱਤੇ ਪਰਚਾ ਦਰਜ ਕੀਤਾ ਜਾ ਰਿਹਾ। ਇਹ 4 ਹੈਗੇ ਨੇ ਜੀ ਜਿਹੜੇ ਅਕਿਊਜ਼ ਨੇ, ਮਿਸ ਪੂਜਾ, ਪੰਜਾਬੀ ਸਿੰਗਰ ਹਰੀਸ਼ ਵਰਮਾ, ਐਕਟਰ ਡਾਇਰੈਕਟਰ ਹੈਗਾ ਪੁਨੀਤ ਸਿੰਘ ਬੇਦੀ ਅਤੇ ਇੱਕ ਸਪੀਡ ਰੈਕੋਰਡਸ ਜਿਹੜਾ ਹੈਗਾ ਮਿਊਜ਼ੀਕਲ ਕੰਪਨੀ ਹੈ ਇਹਦੇ ਡਾਇਰੈਕਟਰ ਦੇ ਖਿਲਾਫ਼। ਅਨੰਦਪੁਰ ਸਾਹਿਬ ਤੋਂ ਪਰਸ਼ੋਤਮ ਭਵਰਾ ਦੀ ਰਿਪੋਰਟ, ਚੈਨਲ ਪੰਜਾਬ।